ਭਾਈ ਬੈਠ ਜਾਓ ਬੈਠ ਜਾਓ ਬੈਠ ਜਾਓ ਹੈਲੋ ਬੈਠ ਜਾਓ ਵਾਲੇ ਜਿੰਨੇ ਵੀ ਹੈਗੇ ਉਹ ਚਾਬੀ ਦੇ ਦਿਓ ਜੀ ਕੀ ਕੋਲ ਹੈਗੀ ਹੈ ਕੋਈ ਗੱਲ ਨਹੀਂ ਚਾਬੀ ਬਾਅਦ ਚੋ ਲੈ ਲਾਂਗੇ ਭਾਜੀ ਚਾਬੀ ਚਾਬੀ ਲੈ ਲਾਂਗੇ ਕੁਸ਼ਤੀ ਕਰਾਓ ਜੀ ਸ਼ੁਰੂ ਸਮਾਂ ਨੋਟ ਕਰ ਦਿਓ ਟੈਂਜ ਗਾਣੀਆਂ ਅੱਛਾ ਚਾਬੀ ਲੈਟਾਂ ਵਾਲੀ ਚਾਬੀ ਦਿਓ ਬਈ ਬਈ ਦਿਓ ਜਿਹਦੇ ਕੋਲ ਦੀ ਚਾਬੀ ਹੈਗੀ ਹੈ ਲਓ ਮੈਦਾਨ ਦੇ ਵਿੱਚ ਕੁਸ਼ਤੀ ਸ਼ੁਰੂ ਹੋ ਗਈ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਬੱਚਾ ਸਾਲ ਸਾਲ ਚੁੰਗੀਆਂ ਨੇ ਬੋਰੀਆਂ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੂੜੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਕਹਿੰਦਾ ਬੋਲਦਾ ਸਪੀਕਰਾਂ 'ਚ ਮੇਰਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਲਓ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਜਿਹਦੇ ਕੋਲ ਚਾਬੀ ਹੈ ਉਹ ਚਾਬੀ ਬੁੱਝਦੀ ਕਰ ਦਿਓ ਲਾਈਟਾਂ ਵਾਲੀ ਬੇਨਤੀ ਹੈ ਬੇਨਤੀ ਹੈ ਇੱਕ ਪਾਸੇ ਰੁਬਲ ਤੇ ਦੂਜੇ ਪਾਸੇ ਇਹ ਆ ਪਹਿਲਵਾਨ ਜੱਸਾ ਪੱਟੀ ਵਾਲਾ ਜੱਸਾ ਪਹਿਲਵਾਨ ਸਲਵਿੰਦਰ ਸਿੰਘ ਸ਼ਿੰਦੇ ਦਾ ਸੁਪੁੱਤਰ ਹੈ ਦੂਜੇ ਪਾਸੇ ਨਰਿੰਦਰ ਸਿੰਘ ਨੰਦੇ ਦਾ ਸੁਪੁੱਤਰ ਇੱਕ ਪਾਸੇ ਭਾਨੇ ਦਾ ਸ਼ਗਿਰਦ ਦੂਏ ਪਾਸੇ ਮੁਕੇਸ਼ ਡੀਐਸਪੀ ਦਾ ਕਹਿੰਦੇ ਸ਼ਗਿਰਦ ਹੈ ਵਾਕੇ ਦੋ ਪਰਿਵਾਰਾਂ ਦੇ ਵਿੱਚ ਜੰਗ ਹੋ ਰਹੀ ਹੈ ਦੋ ਖਾੜਿਆਂ ਦੇ ਵਿੱਚ ਜੰਗ ਹੋ ਰਹੀ ਹੈ ਪਰ ਜੰਗ ਜਿਹੜੀ ਹੈਗੀ ਹੈ ਖਾੜੇ ਦੇ ਵਿੱਚ ਵਾਲੀ ਉਹ ਹੈ ਇਹ ਹੈ ਧਰਮ ਯੁੱਧ ਜਿਹੜਾ ਮੈਦਾਨ ਦੇ ਵਿੱਚ ਹੋ ਰਿਹਾ ਹੈ ਕਹਿੰਦੇ ਭਾਈਆਂ ਭਾਈਆਂ 'ਚ ਧਰਮ ਯੁੱਧ ਹੋ ਜਾਂਦਾ ਹੈ ਆਹ ਕਹਿੰਦੇ ਧਰਮ ਯੁੱਧ ਵਾਕਿਆ ਦੋ ਖਾਨਦਾਨੀ ਮੱਲਾਂ ਦੇ ਵਿਚਕਾਰ ਹੈ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਮਾੜੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਯਾਰ ਦਿਲਾਂ ਦੇ ਕਾਇਮ ਨਹੀਂ ਰੱਖੇ ਕਿ ਮੁੜ ਇੰਜਨ ਬੰਨਣੇ ਪੈਂਦੇ ਜਦੋਂ ਘਰਾਰੀ ਅੜਦੀ ਹੈ ਇਹ ਨੋਟ ਮੈਟਰ ਨਹੀਂ ਕਰਦੇ ਮੈਟਰ ਜਾਰੀ ਕਰਦੀ ਹੈ ਇਹ ਨੋਟ ਮੈਟਰ ਨਹੀਂ ਕਰਦੇ ਮੈਟਰ ਜਾਰੀ ਕਰਦੀ ਹੈ ਜਲਦੀ ਸੇ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਵਾਕਿਆ ਸਾਰੋ ਕੇ ਵੇਖਣ ਵਾਲੀ ਕੁਸ਼ਤੀ ਹੈ ਸਾਰੋ ਕੇ ਵੇਖਣ ਵਾਲੀ ਕੁਸ਼ਤੀ ਸਮੇਂ ਦੀ ਬਾਤ ਹੋਣੀ ਹੈ ਇੱਕ ਪਾਸੇ ਰੁਬਲ ਪਹਿਲਵਾਨ ਖੰਨਾ ਤੇ ਦੂਜੇ ਪਾਸੇ ਇਹ ਹੈ ਜਸ ਕਮਰ ਸਿੰਘ ਜੱਸਾ ਪੱਟੀ ਵਾਲਾ ਕਹਿੰਦੇ ਇੱਕ ਪਾਸੇ ਰੰਗੀ ਖਾਨਦਾਨ ਦਾ ਦੂਜੇ ਪਾਸੇ ਕਿੱਲ ਖਾਨਦਾਨ ਦਾ ਨੌਜਵਾਨ ਹੈ ਵਾਕਿਆ ਸਮੇਂ ਦੀ ਬਾਤ ਹੈ ਕਿ ਜੇ ਨਿਭਾਉਣੀ ਨਹੀਂ ਆਉਂਦੀ ਨਾ ਲਾਇਓ ਕਿਸੇ ਨਾਲ ਜਾਰੀ ਤਿੰਨੋ ਚੰਡੇ ਹੀ ਕੰਮੇ ਆਉਂਦੇ ਨੇ ਚੇਲਾ ਖੁਰਪਾ ਤੇ ਖਿਡਾਰੀ ਚੇਲਾ ਖੁਰਪਾ ਤੇ ਖਿਡਾਰੀ ਚਲੋ ਪਿਆਰ ਨਾਲ ਕੋਈ ਗੱਲ ਨਹੀਂ ਚਲੋ ਚਲੋ ਸ਼ਾਬਾਸ਼ ਮੱਲੋ 16 ਤਰੀਕ ਨੂੰ ਖੇਦਰਾਬਾਦ ਵਿੱਚ ਇਹੀਓ ਕੁਸ਼ਤੀ ਰਿਪੀਟ ਹੈ ਤੇ 20 ਤਰੀਕ ਨੂੰ ਰੂਪੋਵਾਲ ਆਟੋ ਗੱਡੀ ਦੇ ਕੁਸ਼ਤੀ ਰਿਪੀਟ ਹੈ ਹਾਂਜੀ ਬਈ ਚਾਬੀ ਪੁੱਜਦੀ ਕਰ ਦਿਓ ਯਾਰ ਚੱਕਰ ਕੀ ਆ ਚਾਬੀ ਜਿਹਦੇ ਕੋਲ ਵੀ ਹੈਗੀ ਪੁੱਜਦੀ ਕਰ ਦਿਓ ਭਾਜੀ ਨਹੀਂ ਤਾਂ ਜਿੰਦਾ ਤੋੜ ਦਿਓ ਕੋਈ ਗੱਲ ਨਹੀਂ ਲੱਖਾਂ ਦਾ ਦੰਗਲਾ 100 ਰੁਪਏ ਦਾ 200 ਦਾ ਜਿੰਦਾ ਚੱਕ ਦਿਓ ਭਰਾ ਲੈ ਚੱਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵਾਹ ਵੀ ਵਾਹ ਉਧਰ ਸੁਖਵਿੰਦਰ ਸਿੰਘ ਜੀ ਪੰਜੋਖਰਾ ਸਾਹਿਬ 500 ਰੁਪਿਆ ਜੇ ਤੂੰ ਲਈ ਬਿੰਦਿਆ ਤੇਰਾ ਕਿੰਨਾ 2000 ਧਨਾਸ ਵਾਲੇ ਬਿੰਦੇ ਦਾ 2000 ਲੱਗ ਗਿਆ ਕਜਿਹੜੀ ਵਾਲੇ ਕਹਿ ਰਿਹਾ ਤੇਰਾ ਵੀ 2000 ਏ ਕਰਦਾ 5000 ਹਾਂ 500 ਉਧਰ 500 ਰੁਪਿਆ ਗਿਰ ਧਿਆਨ ਸਿੰਘ ਜੀ ਐਮਸੀ ਸਾਹਿਬ ਹੋਰਾਂ ਦਾ ਕੱਲ ਕੁੱਲ ਮਿਲਾ ਕੇ 5000 ਸਿੱਧਾ ਹੋ ਗਿਆ 5000 ਰੁਪਿਆ ਜਿਹੜਾ ਜਿੱਤੂਗਾ ਉਹਨੂੰ ਅਲੱਗ ਤੋਂ ਦਿੱਤਾ ਜਾਣਾ ਇਹ ਨੋਟ ਕਰਦੇ ਆਇਓ ਉਹ ਨੋਟ ਕਰਦੇ ਆਇਓ ਅਲੱਗ ਤੋਂ ਦਿੱਤਾ ਜਾਣਾ ਕਹਿੰਦਾ ਡੰਡ ਬੈਠਕਾ ਲਾ ਕੇ ਜੱਸਾ ਕਾਇਮ ਬਣਾਉਣਾ ਪੈਂਦਾ ਏ ਕਿ ਕੰਮ ਕਾਰ ਸਾਰੇ ਛੱਡ ਮਿਹਨਤ ਦਾ ਟਾਈਮ ਬਣਾਉਣਾ ਪੈਂਦਾ ਏ ਕਿ ਝਿੜਕ ਘੂਰ ਤੇ ਧੌਲੇ ਤਫੇ ਚੱਲਣੇ ਬੜੇ ਜ਼ਰੂਰੀ ਹੈ ਸੋਨੂੰ ਕਰਲਗੜ ਵਾਲਿਆ ਤਾਂ ਜਾ ਕੇ ਮਿਲਦੀ ਮੱਲਾਂ ਨੂੰ ਮਸ਼ਹੂਰੀ ਹੈ ਉਧਰ ਕਾਲਾ ਮਾਨਕਬਰ ਦੇਵੀ ਲਾਲ ਉਹਦੇ ਵੱਲੋਂ ਵੀ 1000 ਹੈ 1000 ਹੈ ਵਿੱਕੀ ਢਿੱਲੋਂ ਤੁਹਾਡਾ ਵੀ 1000 ਕਰਤਾ ਅੱਜ ਤੁਹਾਡਾ ਵੀ 1000 ਕਰਤਾ ਵਿੱਕੀ ਢਿੱਲੋਂ ਦੰਗਲ ਕਮੇਟੀ ਸਮਰਾਲਾ ਕੁੱਲ ਮਿਲਾ ਕੇ ਰੁਪਈਆ 7000 ਹੋ ਗਿਆ ਜੇ ਤੂੰ ਲਈ 7000 ਬਾਬਾ ਜੀ ਤੁਹਾਡਾ ਵੀ 500 ਕਰਤਾ ਮੈਂ ਤਿੰਨ ਵਾਲ ਵਾਲੇ ਬਾਬਾ ਜੀ ਹੋਰਾਂ ਦਾ ਉਹਨਾਂ ਦਾ ਵੀ 500 ਕਰਤਾ ਸਾਈ ਕਾਲੇ ਸ਼ਾਹ ਹੋਰਾਂ ਵੱਲੋਂ ਤੇ ਨਾਲੀ ਸੁਖੀ ਰਾਮ ਜੀ ਹੋਰਾਂ ਵੱਲੋਂ ਉਹਨਾਂ ਵੱਲੋਂ ਵੀ 500 ਕਰਤਾ ਇਹ 8000 ਕਰਤਾ ਇਹ ਪੈਸੇ ਉਹਨਾਂ ਦੇ ਲਾਏ ਆ ਜਿਨ੍ਹਾਂ ਤੇ ਮੈਨੂੰ ਮਾਣ ਹੈ ਵੀ ਇਹ ਪਿਓਰ ਪਹਿਲਵਾਨੀ ਨਾਲ ਜੁੜੇ ਹੋਏ ਆ 8000 ਰੁਪਇਆ ਜੇ ਤੂੰ ਲਈ ਅਲੱਗ ਤੋਂ ਠੀਕ ਹੈ ਜੀ ਲਓ 10000 ਰੁਪਇਆ ਅਗਰ ਰੂਬਲ ਕੁਸ਼ਤੀ ਮਾਰਦਾ ਪਾਲ ਸਾਡੇ ਭਾਜੀ ਇੰਗਲੈਂਡ ਵਾਲੇ ਕਿਉਂਕਿ ਵੱਡਾ ਪਿਆਰ ਹੈ ਐਜ਼ ਯਾਰੀ ਦੋਸਤੀ ਜਿਹੜਾ ਦੇਣਗੇ ਅਗਰ ਪਹਿਲਵਾਨ ਰੂਬਲ ਜਿੱਤਦਾ ਨਹੀਂ ਤਾਂ 1000 ਰੁਪਇਆ ਫਿਰ ਸਿੱਧਾ ਉਹਨਾਂ ਵੱਲੋਂ ਅਕਰ ਨੋਟ ਕਰ ਲਈ 1000 ਮੈਂ ਵੈਸੇ ਵੀ ਕਰਦਾ ਜੇਤੂ ਲਈ ਪਾਲ ਹੋਰਾਂ ਦਾ ਪਾਲ
ਤਾਂ ਕਹਿੰਦੇ ਬਹੁਤ ਬਹੁਤ ਧੰਨਵਾਦ ਪਾਲਦਾ ਕਿਉਂਕਿ ਇੱਕ ਮੋਟਰਸਾਈਕਲ ਬੁਲਟ ਤੇ ਇੱਕ ਝੋਟੀ ਨਾਲ ਕਿੰਨਾ 11,000 ਰੁਪਇਆ ਇੱਕ 30 ਤੇ ਗੱਲ ਕਰੀਏ ਵੀ 2,41,000 ਪੈਂਦਾ ਲੁੱਟਾਂ ਦਾ ਮੀਂਹ ਸਵੇਰ ਦੇ ਡਰੀ ਜਾਂਦੇ ਆ ਵੀ ਰੱਬ ਨੇ ਮੀਂਹ ਪਾਤਾ ਪਰ ਆਹ ਵੇਖੋ ਨੋਟਾਂ ਦੀ ਝੜੀ ਲੱਗੀ ਹੈ ਨੋਟਾਂ ਦੀ ਝੜੀ ਲੱਗੀ ਪਈ ਹੈ ਰੁਪਈਆ 15,000 ਉੱਤੋਂ ਲੱਗ ਗਿਆ ਉੱਧਰ ਸਵਰਗ ਅਜੀਤ ਸਿੰਘ ਜੀ ਰੱਕੜ ਸਿੰਬਲ ਮਜਾਰੇ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ ਮੋਟਾ ਜਿਹਾ ਹਿਸਾਬ ਕਿਤਾਬ ਵੀ 2 ਬੁਲਟ ਜਾਣੀ ਕਿ 2,60,000 1,000 ਰੁਪਇਆ ਉਨੇ ਵਾਲਿਆਂ ਵੱਲੋਂ ਪਾਸੋਂ ਵਾਲੀ ਖੇਡ ਖਤਮ ਹੋ ਗਈ ਹੈ ਧਿਆਨ ਦਿਓ ਪਾਸੋਂ ਵਾਲੀ ਖੇਡ ਖਤਮ ਹੋ ਗਈ ਜਿਹਨੇ ਲਾਉਣਾ 1,000 ਸਿੱਧਾ ਲੱਗੇਗਾ ਤੇ ਬਹੁਤ ਹੀ ਸਤਿਕਾਰਯੋਗ ਕਰਨੈਲ ਉਹਨੇ ਤੋਂ ਬੀਬੀ ਰੈਸਰੀ ਵਿਸ਼ਾਲ ਦੇਲਾ ਰਾਣਾ ਜੀ ਤੇ ਨਾਲ ਹੀ ਸਾਡਾ ਬਡਾਲੇ ਵਾਲਾ ਰਜੇਸ਼ 1,000 ਰੁਪਇਆ 200 ਆਏ ਆ ਬਸ ਵੱਧ ਚਾਹੀਦੇ ਤੁਹਾਨੂੰ ਤੇ ਇਹਨਾਂ ਵੱਲੋਂ 1,000 ਲੱਗਿਆ ਰੁਪਇਆ 16,000 ਹੋ ਗਿਆ ਜੇਤੂ ਲਈ ਕਹਿੰਦੇ 16,000 ਜੇਤੂ ਲਈ 16,000 ਲੱਗ ਗਿਆ ਉਧਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਰਣਜੀਤ ਸਿੰਘ ਜੀ ਇਟਲੀ ਉਹਨਾਂ ਵੱਲੋਂ ਵੀ 1,000 ਲੱਗ ਗਿਆ ਰੁਪਈਆ 17,000 ਹੋ ਗਿਆ ਦਰਸ਼ਨ ਸਿੰਘ ਜੀ ਗਵਾਲੀਅਰ ਪਾਸੋਂ ਜਿਸੇ ਲਈ ਉਧਰ ਪਹੁੰਚਾ ਦਿਓ ਭਾਨੇ ਕੋਲ ਪਹੁੰਚਾ ਦਿਓ ਬਹੁਤ ਬਹੁਤ ਧੰਨਵਾਦ ਹੈ ਲਓ ਬਹੁਤ ਬਹੁਤ ਧੰਨਵਾਦ ਦਰਸ਼ੂ ਜੀ ਸਾਡੇ ਗਵਾਲੀਅਰ ਤੋਂ ਬਾਈ ਦੇਖ ਲਓ ਦਰਸ਼ਕੋ ਗਵਾਲੀਅਰ ਤੋਂ ਵੀ ਦਰਸ਼ਕ ਪੁੱਜੇ ਹੋਏ ਆ ਪਹਿਲਵਾਨ ਰਾਮ ਸਿੰਘ ਜੀ ਤੇ ਦਰਸ਼ੂ ਜੀ ਸਾਰੇ ਕੁਲਦੀਪ ਜੀ ਹੋਰਾਂ ਬਹੁਤ ਬਹੁਤ ਧੰਨਵਾਦ ਗਵਾਲੀਅਰ ਵਾਕਿਓ ਪਹਿਲਵਾਨੀ ਦਾ ਗੜ ਮੰਨਿਆ ਜਾਂਦਾ ਏਰੀਆ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਨਹੀਂ ਰੀਸਾ ਕਹਿੰਦਾ ਯਾਰ ਬਣਾ ਲੈ ਹੀਰੇ ਚੰਗੇ ਬੰਦਾ ਨਹੀਂ ਕੱਲਾ ਚੰਗਾ ਬੇਕਦਰਾਂ ਦੀ ਯਾਰੀ ਤੋਂ ਦੁਨੀਆ ਦਾ ਹਰ ਕੋਈ ਬੰਦਾ ਡਰਦਾ ਗਲ ਵਿੱਚ ਪਈ ਮੁਸੀਬਤ ਭਾਰੀ ਤੋਂ ਨਵੇਂ ਜਵਾਨੇ ਕਰੀ ਤਰੱਕੀ ਜੋ ਟਾਂਗੇ ਹੋਏ ਫੇਲ ਬਿਨਾ ਸਵਾਰੀ ਤੋਂ ਕਿ ਗੱਲਾਂ ਨਾਲ ਕੁਛ ਨਹੀਂ ਬਣਦਾ ਮੇਲੇ ਜਿੱਤਣਾ ਹੁੰਦੇ ਬਿਨਾ ਤਿਆਰੀ ਤੋਂ ਬਿਨਾ ਤਿਆਰੀ ਤੋਂ ਮੇਲੇ ਨਹੀਂ ਜਿੱਤ ਹੁੰਦੇ ਬਿਨਾ ਤਿਆਰੀ ਤੋਂ ਮੇਲੇ ਨਹੀਂ ਜਿੱਤ ਹੁੰਦੇ ਵਾਕਿਆ ਸਾਹ ਰੁਕੇ ਪਏ ਹੈ ਪਾਲ ਸਾਡਾ ਭਰਾ ਇੰਗਲੈਂਡ ਤੋਂ ਲਾਈਵ ਜੁੜਿਆ ਹੋਇਆ ਹੈ ਜਿਹਨੇ ਇਹ ਸਾਲ ਵੱਡਾ ਮਾਰਥਨ ਮਨ ਅਗਲੇ ਸਾਲ ਜਿਹਨਾਂ ਦੇ ਪਰਿਵਾਰ ਵੱਲੋਂ ਇੱਕ ਬੁਲਟ ਇੱਕ ਝੋਟੀ ਤੇ 11,000 ਰੁਪਇਆ ਉੱਥੇ ਹੀ ਅਮਰੀਕ ਸਿੰਘ ਜੀ ਪਿੱਲਾ ਦੇਣ ਇਹਨਾਂ ਦੇ ਵੀ ਘੱਟ ਨਹੀਂ 55,000 ਬਹੁਤ ਬਹੁਤ ਧੰਨਵਾਦ ਉੱਥੇ ਹੀ ਮਨਜੀਤ ਸਿੰਘ ਜੀ ASI ਕਹਿੰਦੇ ਲੰਗਰਾਂ ਵਾਸਤੇ 50,000 ਰੁਪਇਆ ਸਤਵਿੰਦਰ ਸਿੰਘ ਜੀ ਸਪੁੱਤਰ ਦੇ ਕੁਲਦੀਪ ਸਿੰਘ ਜੀ ਸੈਕਟਰੀ ਅਮਰੀਕਾ ਵਾਲਿਆਂ ਦੇ 21,000 ਰੁਪਇਆ ਉੱਥੇ ਜਨਰਲ ਸਿੰਘ ਜੀ ਫੌਜੀ ਸਨਫ ਦਲੀਪ ਸਿੰਘ 20,000 ਰੁਪਇਆ ਹਾਂ ਸਹੀ ਗੱਲ ਅਜੀਤ ਸਿੰਘ ਜੀ ਸਵਰਗ ਅਜੀਤ ਸਿੰਘ ਜੀ ਰੱਕੜ ਸਿੰਬਲ ਮਜਾਰਿਆਂ ਵਾਲੇ ਵੱਲੋਂ ਮੋਟਰਸਾਈਕਲ ਬੁਲਟ ਮੋਟਰਸਾਈਕਲ ਝੋਟੀ ਦੇ ਰੁਪਈਆ 32,000 ਨੋਟ ਕਰਿਓ ਰੁਪਈਆ 32,000 ਪਹਿਲਾਂ ਆਪਾਂ ਨੇ ਘੱਟ ਜੋੜਤੇ ਤੇ ਤੇ ਬਾਕੀ ਰਹਿੰਦੇ ਖੁੰਦੇ ਹੋਰ ਜੋੜ ਦਿਓ ਵਾਕੇ ਵੱਡੀ ਸੇਵਾ ਵੀਰਾਂ ਦੀ ਅਗਲੇ ਸਾਲ ਵੀ ਜਿਹੜੀ ਬੁਲਟ ਦੀ 2 ਬੁਲਟਾਂ ਦੀ ਸੇਵਾ ਮੰਗ ਕੇ ਲੱਦੀ ਹੈ ਸਰਦਾਰ ਬਖਤਾਵਰ ਸਿੰਘ ਜੀ ਸਪੁੱਤਰ ਨੇ ਮੰਗਲ ਸਿੰਘ ਹੋਰਾਂ ਦੇ 1 ਸੋਨੇ ਦੀ ਮੁੰਦਰੀ ਤੇ 5,100 ਰੁਪਇਆ ਬਿੱਕਰ ਸਿੰਘ ਜੀ ਡਰਾਈਵਰ 11,000 ਜਸਕਰਨ ਸਿੰਘ ਜੀ ਕੈਨੇਡਾ ਵਾਲੇ ਸਪੁੱਤਰ ਨੇ ਕੈਪਟਨ ਬਹਾਦਰ ਸਿੰਘ ਦੇ ਉਹਨਾਂ ਵੱਲੋਂ ਵੀ 15,000 ਰੁਪਇਆ ਸਵਰਗੇ ਪਿਆਰਾ ਸਿੰਘ ਜੀ ਬੁਰਸ਼ਾ ਹੋਰਾਂ ਦੇ ਪਰਿਵਾਰ ਵੱਲੋਂ ਸੋਨੇ ਦੀ ਮੁੰਦਰੀ ਤੇ ਬਲਵਿੰਦਰ ਸਿੰਘ ਰੱਕੜ ਵੱਡੀ ਸੇਵਾ ਦੇ ਨਾਲ 5,000 ਰੁਪਇਆ ਗੁਰਨੇਕ ਸਿੰਘ ਜੀ ਇੰਗਲੈਂਡ ਉਹਨਾਂ ਵੱਲੋਂ ਵੀ 5,000 ਰੁਪਇਆ ਸੋਨੂ ਖੱਤਰੀ 11,000 ਤੇ ਮੋਟਰਸਾਈਕਲ ਦਾ ਮਾਨ ਸਨਮਾਨ ਕੀਤਾ
ਆ ਰੋਜ਼ ਕਹੀਦਾ ਮਾਨ ਸਨਮਾਨ ਕੀਤਾ ਲੜਕੀ ਦਾ ਪਹਿਲਵਾਨ ਲੜਕੀ ਦਾ ਮਾਨ ਸਨਮਾਨ ਕੀਤਾ ਬਹੁਤ ਬਹੁਤ ਧੰਨਵਾਦ ਅਮਰੀਕ ਸਿੰਘ ਜੀ ਜੈ ਨਾਲੀ ਸਵਰਗੇ ਕਸ਼ਮੀਰ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਧਰਮਪਾਲ ਸਿੰਘ ਧਰਮਪਾਲ ਤੇਲੂ ਜੀ ਹਲਵਾਈ ਸਾਡੇ ਜਿਹਨਾਂ ਵੱਲੋਂ ਪਾਣੀ ਦੀ ਛਬੀਲ ਵੱਡੀ ਸੇਵਾ ਕੀਤੀ ਗਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਈ ਤਾੜੀਆਂ ਰਾਦੋ ਸਵਾਦ ਆਉਂਦਾ ਵਾਹ ਬਈ ਵਾਹ ਪਹਿਲਾਂ ਕਿੰਨਾ ਲਾਇਆ ਤਾਂ ਦੋ ਹੈ ਰੁਪਈਆ 16,000 ਲੱਗਿਆ ਹੋਇਆ ਤੇ ਰੁਪਈਆ 9,000 ਪੈ ਜਾਵੇ ਤਾਂ 25,000 ਬਣ ਜਾਂਦਾ ਹੈ ਇਹ 9 ਕਿਹਦਾ ਪੈ ਗਿਆ ਇਹ 9,000 ਰੁਪਇਆ ਪੈਂਦਾ ਬੈਦਵੰਤ ਨਾਸ ਕਹਿਣਾ ਬੈਦਵੰਤ ਨਾਸ ਸਵਰਗੀ ਬਹਾਦਰ ਸਿੰਘ ਜੀ ਬੈਦਵੰਤ ਨਾਸ ਵਾਲਿਆਂ ਦਾ ਰੁਪਈਆ 11,000 ਉਹਨਾਂ ਦਾ ਹੋ ਗਿਆ 25,000 ਵੱਡੀ ਮਾਲੀ ਦੇ ਇਨਾਮ ਤੋਂ ਬਿਨਾਂ ਅਲੱਗ ਤੋਂ ਲੱਗ ਗਿਆ ਧੰਨਵਾਦ ਕਰਦੇ ਫਿਰ ਤੋਂ ਪਾਲ ਸਾਡਾ ਭਰਾ ਇੰਗਲੈਂਡ ਤੋਂ ਸਪੈਸ਼ਲ ਸੱਦੇ ਦਿੱਤੇ ਉਸ ਵੀਰ ਨੇ ਬਹੁਤ ਬਹੁਤ ਧੰਨਵਾਦ ਪਾਲ ਇੰਗਲੈਂਡ ਵਾਲੇ ਦਾ ਬਹੁਤ ਬਹੁਤ ਧੰਨਵਾਦ 10,000 ਰੁਪਏ ਤੇ ਲੱਗ ਲੱਗਿਆ ਹੋਇਆ 1,000 ਜਿਹੜਾ ਜੱਦੂ ਲਈ ਲੱਗ ਲੱਗਿਆ ਹੋਇਆ ਝੋਟੀ ਬੁਲਟ ਤੇ 32,000 ਲੱਗ ਅਗਲੇ ਸਾਲ ਤੋਂ ਬੁਲਟਾਂ ਦੀ ਗੱਲ ਅਲੱਗ ਹੈ ਪਰ ਜਿਹੜੇ ਵੀਰਾਂ ਨੇ ਇੱਕ ਇੱਕ ਰੁਪਈਆ ਇਸ ਦੰਗੇ ਲਈ ਦਿੱਤਾ ਤੇ ਸੇਵਾ ਕੀਤੀ ਹੈ ਇੰਤਜ਼ਾਮ ਕੀਤੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਈ ਜਿੰਨੇ ਵੀ ਦਰਸ਼ਕ ਆਏ ਇੰਤਜ਼ਾਮ ਵਧੀਆ ਲੱਗਿਆ ਤਾਂ ਤਾੜੀਆਂ ਲਾ ਦਿਓ ਕਿਉਂਕਿ ਓਏ ਹੋਏ ਆ ਤਾਂ ਜਿੰਨਾ ਕਿ ਤੁਹਾਡਾ ਦੁਆਬੇ ਦਾ ਇਕੱਠ ਹੁੰਦਾ ਉਹ ਹਿਸਾਬ ਨਾਲ ਤਾੜੀਆਂ ਲਾ ਦਿਓ ਤੁਸੀਂ ਢੋਲੀ ਖੜ ਜੀ ਪੁੱਤਰਾ ਇੱਕ ਮਿੰਟ ਢੋਲੀ ਬਈ ਆਹ ਤਾੜੀਆਂ ਨਾਲ ਕੁਛ ਨਹੀਂ ਬਣਨਾ ਹੈਗਾ ਅਗਲੇ ਸਾਲ ਫਿਰ ਬੁਲਟ ਅਸੀਂ 3 ਸਾਲਾਂ 'ਚ ਬਣ ਦੇਣੇ ਜੀ ਆਹ ਤਾੜੀਆਂ ਲਾਉਣੀਆਂ ਇੱਕ ਵਾਰ ਸਾਰੇ ਜੋਰਦਾਰ ਤਾੜੀਆਂ ਲਵਾ ਪਤਾ ਲੱਗੇ ਤੁਹਾਨੂੰ ਮੈਂ ਸੱਚੀ ਗੱਲ ਦੱਸਣ ਲੱਗਿਆ ਕਈ ਜਵਾ ਲਾਈਵ ਚੱਲਦਾ ਹੁੰਦਾ ਤੇ ਜਿਹੜਾ ਲਾਈਵ ਚੈਟ ਦੇ ਵਿੱਚ ਕਮੈਂਟ ਹੁੰਦੇ ਆ ਪਤਾ ਕੀ ਹੁੰਦੇ ਆ ਪਬਲਿਕ ਕਿੱਥੇ ਆ ਦਰਸ਼ਕ ਕਿੱਥੇ ਆ ਕਿਉਂਕਿ ਦਬਾਬੇ ਦੇ ਵਿੱਚ ਮੱਲ ਜ਼ਿਆਦਾ ਹੁੰਦੇ ਆ ਤੇ ਦਰਸ਼ਕ ਘੱਟ ਹੁੰਦੇ ਆ ਅੱਜ ਕਹਿੰਦੇ ਗਵਾਲੀਅਰ ਤੋਂ ਪੁੱਜੇ ਹੋਇਆ ਚੰਡੀਗੜ੍ਹ ਏਰੀਆ ਪੁੱਜਾ ਹੋਇਆ ਬੱਦੀ ਏਰੀਆ ਪੁੱਜਾ ਹੋਇਆ ਊਨਾ ਏਰੀਆ ਪੁੱਜਾ ਹੋਇਆ ਤੇ ਜਿੰਨਾ ਦਰਸ਼ਕੋ ਇਲਾਕੇ ਦਾ ਇਕੱਠ ਹੈ ਨਾ ਉਹਨਾਂ ਇਕੱਠ ਬਾਹਰੋਂ ਆਏ ਹੋਏ ਦਰਸ਼ਕਾਂ ਦਾ ਹੈ ਉਹਨਾਂ ਇਕੱਠ ਬਾਹਰੋਂ ਆਏ ਹੋਏ ਦਰਸ਼ਕਾਂ ਦਾ ਹੈ ਉਧਰ ਸੁਖਵਿੰਦਰ ਪੰਜੋਖਰਾ ਸਾਹਿਬ ਨੇੜੇ ਅੰਬਾਲੇ ਤੋਂ ਪੁੱਜਿਆ ਹੋਇਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੈਂ ਚਾਹੁੰਦੀ ਫਿਰ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਨਾਮ ਉਹਨਾਂ ਦੇ ਚੱਲ ਦੇ ਜਿਹਨਾਂ ਮੱਲਾਂ ਮਾਰੀਆਂ ਨੇ ਕੌਣ ਪੁੱਛਦਾ ਹੈ ਉਹਨਾਂ ਨੂੰ ਯਾਰੋ ਜੁਸਮਾ ਕਮੇਟੀ ਆਪਣੇ ਮਾਨ ਸਨਮਾਨ ਲਿਓ ਜੁਸਮਾ ਕਮੇਟੀ ਆਪਣੇ ਮਾਨ ਸਨਮਾਨ ਲਿਓ ਬੇਨਤੀ ਹੈ ਦੰਗਲ ਕਮੇਟੀ ਚੁਸਮਾ ਵੱਡਾ ਦੰਗਲ ਹੁੰਦਾ ਚੁਸਮੇ ਦੇ ਵਿੱਚ ਵਾਹ ਵੀ ਵਾਹ ਜਲਦੀ ਫਿਰ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਇਸੇ ਨਗਰ ਦੇ ਵਿੱਚ ਚੁੱਠੀ ਦਾ ਕਬੱਡੀ ਕੱਪ ਵੀ ਹੁੰਦਾ ਹੈ ਉਹਨਾਂ ਦਾ ਵੀ ਤਹਿ ਦਿਲ ਧੰਨਵਾਦ ਹੈ ਖੇਡ ਨੂੰ ਪ੍ਰਮੋਟ ਕਰਦੇ ਆ ਬਹੁਤ ਬਹੁਤ ਧੰਨਵਾਦ ਕਹਿੰਦਾ ਨਾਮ ਵੀ ਉਹਨਾਂ ਦੇ ਚੱਲਦੇ ਜਿਹਨਾਂ ਮੱਲਾਂ ਮਾਰੀਆਂ ਨੇ ਕੌਣ ਪੁੱਛਦਾ ਹੈ ਉਹਨਾਂ ਨੂੰ ਯਾਰੋ ਜਿਹਨਾਂ ਬੈਠ ਕੇ ਗੱਲਾਂ ਮਾਰੀਆਂ ਨੇ ਕਿ ਨਾਲ ਮਿਹਨਤਾਂ ਵਿੱਚ ਮੈਦਾਨੀ ਸਿਰੇ ਕਰਾਏ ਨੇ ਪਿੰਡ ਇਲਾਕੇ ਮਾਪੇ ਨਾਚ ਚਮਕਾਏ ਨੇ ਸ਼ੇਰੇ ਗਹਿਣ ਬਜ਼ਾਰੀ ਦੁਨੀਆ ਉਹਨਾਂ ਮਨਾਈ ਹੈ ਕਿ ਨਾਲ ਮਿਹਨਤਾਂ ਹੁੰਦੀ ਯਾਰਾ ਸਦਾ ਚੜ੍ਹਾਈ ਹੈ ਕਿ ਨਾਲ ਮਿਹਨਤਾਂ ਹੁੰਦੀ ਯਾਰਾ ਸਦਾ ਚੜ੍ਹਾਈ ਹੈ ਮਿਹਨਤਾਂ ਦੇ ਨਾਲ ਚੜ੍ਹਾਈਆਂ ਹੁੰਦੀਆਂ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਹੈ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਹੈ ਵਾਕਿਆ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਸਮੇਂ ਦੀ ਗੱਲ ਹੋਣੀ ਹੈ ਦਰਸ਼ਕਾਂ ਦੇ ਵੀ ਜ਼ੋਰ ਲੱਗੇ ਹੋਏ ਹੈ ਅੱਜ ਕਹਿੰਦੇ ਸਪੈਸ਼ਲ ਕੁਸ਼ਤੀ ਪ੍ਰੇਮੀ ਅੱਜ ਇਸ ਕੁਸ਼ਤੀ ਨੂੰ ਵੇਖਣ ਆਏ ਹੈ ਕਿਉਂਕਿ ਪਹਿਲਾਂ ਕੁਸ਼ਤੀ ਬੰਨੀ ਸੀਗੀ ਪਰ ਕਹਿ ਲਓ ਵੀ ਤੁਹਾਡੇ ਪਿੰਡ ਦੇ ਬਾਬੇ ਨੇ ਅਪਾਰ ਕਿਰਪਾ ਕਰਨੀ ਦੀ ਉਹ ਕੁਸ਼ਤੀ ਮੀਂਹ ਕਰਕੇ ਕੈਂਸਲ ਹੋ ਗਈ ਤੇ ਸੀਜ਼ਨ ਦੀ ਪਹਿਲੀ ਕੁਸ਼ਤੀ ਹੈ ਸੀਜ਼ਨ ਦੀ ਪਹਿਲੀ ਕੁਸ਼ਤੀ ਰੱਕੜਾ ਢਾਹਾਂ ਦੇ ਵਿੱਚ ਹੋ ਰਹੀ ਹੈ ਰਿਜ਼ਲਟ ਕੁਛ ਵੀ ਹੋਵੇ ਪਰ ਕਹਿ ਲਓ ਕਰੇਜ਼ ਹੈ ਕਰੇਜ਼ ਹੈ ਪਿਛਲੇ ਸਾਲ ਰੂਪਾਲ ਤੋਂ ਬਾਅਦ ਕਹਿੰਦੇ ਸਵਿਫਟ ਗੱਡੀ ਲੱਗੀ ਦੀ ਵੀ ਕੁਸ਼ਤੀ ਇਹ ਹੋ ਜਾਵੇ ਪਰ ਬਹੁਤ ਲੋਕਾਂ ਦੇ ਫੋਨ ਆਏ ਵੀ ਕਿਉਂ ਨਹੀਂ ਕੁਸ਼ਤੀ ਹੁੰਦੀ ਮੈਂ ਕਿਹਾ ਜਿੱਦਣ ਹੋਣੀ ਆ ਉਦਣ 21,000 ਤੇ ਵੀ ਹੋ ਜਾਣੀ ਜਿੱਦਣ ਹੋਣੀ ਆ ਤੁਸੀਂ 10,00,000 ਦੇ ਦਿਓ ਉਦਣ ਨਹੀਂ ਹੋਣੀ ਜਿੱਦਣ ਮੱਲਾ ਦਾ ਕਹਿੰਦੇ ਮਨ ਰਾਜੀ ਹੋ ਗਿਆ ਵੀ ਘੁਲਣਾ ਉਦਣ ਕੁਸ਼ਤੀ 21,000 ਤੇ ਵੀ ਹੋ ਜਾਣੀ ਪਰ ਅੱਜ ਰੱਖਣਾ ਢਾਹਾਂ ਦੀ ਧਰਤੀ ਤੇ ਕੁਸ਼ਤੀ ਹੋ ਰਹੀ ਹੈ ਇਹ ਪਾਲ ਇੰਗਲੈਂਡ ਹੋਰਾਂ ਦੀ
6 ਮਹੀਨੇ ਦੀ ਕਹਿੰਦੇ ਮਿਹਨਤ ਹੈ 6 ਮਹੀਨੇ ਦੀ ਕਮਾਈ ਹੈ ਜਿਹੜੀ ਮੈਦਾਨ ਦੇ ਵਿੱਚ ਤੁਸੀਂ ਕੁਸ਼ਤੀ ਵੇਖ ਰਹੇ ਹੋ ਸੋਡੀ ਫੌਜੀ ਮੈਂ ਕਿਹਾ ਜਿੰਦਾ ਤੋੜ ਦੋ ਕੀ ਚੱਕਰ ਹੈ ਪੈਸੇ ਮੈਂ ਦੇ ਦੂੰਗਾ ਕੀ ਬਈ ਤੋੜ ਦੋ ਜਿੰਦਾ ਫੌਜੀ ਸਾਹਿਬ ਤੁਸੀਂ ਕਿੱਥੇ ਗਏ ਅਸੀਂ ਜਿੰਦਾ ਤੋੜਨ ਲੱਗੇ ਹਾਂ ਕਿਉਂਕਿ ਲਾਈਟਾਂ ਜਿਹੜੀਆਂ ਜਗਾਉਣੀਆਂ ਇਸ ਗੱਲ ਦਾ ਧਿਆਨ ਦਿਓ ਤੋੜ ਦਿਓ ਜਿੰਦਾ ਕਰ ਕੋਈ ਗੱਲ ਨਹੀਂ ਨਵਾਂ ਬਣ ਜੂ ਪਾਲ ਭਾਜੀ ਨੂੰ ਕਹਿੰਦਾ ਆਪਾਂ ਸਣੇ ਜਗਾਠਾ ਲਾ ਜੇ ਪਾਂਡੀ ਸਿੰਘ ਜੀ ਗਿੱਲ ਗਵਾਲੀਅਰ ਵਾਲੇ ਜਸੇ ਲਈ ਵੱਡੇ 500 ਰੁਪਏ ਦੇ ਮਾਰਚ ਮਾਪ ਉਹਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਦੋਨੋਂ ਮੱਲ ਸਿਰੇ ਦੇ ਹੈ ਕਹਿੰਦੇ ਵੀ 2016 ਦੇ ਵਿੱਚ ਨਾ ਸੋਰੀ ਹਾਂ 16 2017 ਦੇ ਵਿੱਚ ਕੁਸ਼ਤੀ ਹੋਈ ਇਹਨਾਂ ਨੌਜਵਾਨਾਂ ਦੀ ਪਹਿਲੀ ਕੁਸ਼ਤੀ ਕਹਿੰਦੇ ਪਹਿਲਾਂ ਵੀ ਬੜੀਆਂ ਕੁਸ਼ਤੀਆਂ ਹੋਈਆਂ ਪਰ ਜਦੋਂ ਫਿੱਟ ਹੋਏ 2017 ਦੇ ਵਿੱਚ ਮੇਰੇ ਖਿਆਲ ਕਜਹਿਰੀ ਦੇ ਵਿੱਚ ਕੁਸ਼ਤੀ ਹੋਈ ਸੀਗੀ ਤੇ ਕੁਸ਼ਤੀ ਦਾ ਰਿਜ਼ਲਟ ਬਰਾਬਰ ਰਿਹਾ ਸੀਗਾ 18 ਦੇ ਵਿੱਚ ਕੁਸ਼ਤੀ ਹੋਈ ਸੋਰੀ 16 ਦੇ ਵਿੱਚ ਕੁਸ਼ਤੀ ਹੋਈ ਸੀ 17 ਦੇ ਵਿੱਚ ਕੁਸ਼ਤੀ ਹੋਈ ਰੂਪੋ ਵਾਲੇ ਤੇ 18 ਦੇ ਵਿੱਚ ਪਹਿਲੀ ਕੁਸ਼ਤੀ ਰੱਖਣਾ ਤਾਂ ਵਾਕੇ ਵੀ ਵੱਡਾ ਮਾਣ ਹੈ ਕਿਉਂਕਿ ਦੋਨੋਂ ਮੱਲ ਵੱਡੇ ਹੈ ਆਹ ਵੇਖੋ ਤਨ ਜੋਰ ਜਵਾਨਾਂ ਦਾ ਵਾਹ ਵੀ ਵਾਹ ਨਹੀਂ ਰਿਸਾ ਕਹਿੰਦੇ ਕੌਲਗੜ 17 ਤਰੀਕ ਦਾ ਦੰਗਲ ਹੈ 6 ਕੁਸ਼ਤੀਆਂ ਹੋਣੀਆਂ ਹੈ ਇਹ ਨੋਟ ਕਰਿਓ ਜੱਸਾ ਵੀ ਜਿਹੜਾ ਉਚੇਚੇ ਤੌਰ ਤੇ ਪੁੱਜ ਰਿਹਾ ਹੈ ਇਹ ਵੀ ਨੋਟ ਕਰਦੇ ਆਇਓ ਕਹਿੰਦਾ ਨਾ ਧੁੱਪਾਂ ਦੇ ਵਿੱਚ ਸੜਦੇ ਆ ਨਾ ਵਿੱਚ ਸਿਆਲਾ ਠਰਦੇ ਆ ਨਾ ਧੁੱਪਾਂ ਦੇ ਵਿੱਚ ਸੜਦੇ ਆ ਨਾ ਵਿੱਚ ਸਿਆਲਾ ਠਰਦੇ ਆ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮਿਹਨਤਾਂ ਕਰਦੇ ਆ ਕਿ ਪੱਟਾਂ ਦੇ ਨਾਲ ਪੱਟ ਖੰਦੇ ਨਾਲੇ ਦੌੜੇ ਹਮੀ ਭਰਦੇ ਆ ਦਾ ਕਿਹੜੇ ਕਿਹੜੇ ਕੁਸ਼ਤੀ ਦੇ ਇਹ ਉਸਤਾਦਾਂ ਕੋਲੋਂ ਪੜਦੇ ਆ ਸੁਣ ਸੋਨੂੰ ਕਿਰਲਗੜ ਵਾਲਿਆ ਵੇ ਆ ਪੰਜਾਬ ਦੇ ਸੂਰੇ ਚੜਦੇ ਆ ਆ ਪੰਜਾਬ ਦੇ ਸੂਰੇ ਚੜਦੇ ਆ ਭਾਈ ਕਬਾਲ ਲਾ ਦਿਓ ਤਾੜੀਆਂ ਸਾਰੇ ਹੀ ਤਾੜੀਆਂ ਰਿਓ ਲਾ ਦਿਓ ਜੋ ਸਾਡਾ ਕੂੜਾ ਲੱਗਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲੋ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਜਿਵੇਂ ਕੁਸ਼ਤੀ ਕਰਨ ਦੇ ਲਈ ਜਾਨ ਜ਼ਰੂਰੀ ਹੈ ਉਵੇਂ ਲਿਖਣ ਤੇ ਬੋਲਣ ਲਈ ਹੁੰਦਾ ਪੂਰਾ ਗਿਆਨ ਜ਼ਰੂਰੀ ਹੈ ਕਿ ਤੀਰ ਤੁੱਕੇ ਦੇ ਕਦੇ ਨਿਸ਼ਾਨੇ ਪੱਕੇ ਨਹੀਂ ਹੁੰਦੇ ਰਾਜੇ ਖੇਲੇ ਭੋਲਾ ਦਿਲ ਸਮਝਾ ਕੇ ਰੱਖੀਏ ਬਈ ਮਾਰਨ ਜੋ ਝੂਠੇ ਪੰਪ ਯਾਰੋ ਸੱਚੇ ਨਹੀਂ ਹੁੰਦੇ ਯਾਰੋ ਸੱਚੇ ਨਹੀਂ ਹੁੰਦੇ ਜ਼ੋਰ ਲੱਗਿਆ ਪਿਆ ਜਾਨ ਲੱਗੀ ਪਈ ਹੈ ਨੋਟਾਂ ਦਾ 20 ਭਰਿਆ ਹੋਇਆ 25,000 ਉੱਤੋਂ ਲੱਗਿਆ ਹੋਇਆ ਜੇਤੂ ਲਈ 25,000 ਉੱਤੋਂ ਲੱਗਿਆ ਹੋਇਆ ਕਹਿੰਦੇ ਅੰਬਰਾਂ ਤੀਕਰ ਧਮਕੇ ਗੂੰਜਦੀ ਤੱਕ ਤੱਕ ਸੀਂਡਾ ਤੜਕੇ ਨਾਲ ਮਸਦੇ ਹਿੱਕਾਂ ਗੁੰਦੀਆਂ ਖੜਦੇ ਨੇ ਅੜ ਅੜ ਕੇ ਸਾਹ ਰੋਕ ਕੇ ਲੋਕੀ ਵੇਖਦੇ ਸੁਖਿਆ ਦਿਲਾਂ ਨੂੰ ਫੜਕੇ ਕਿ ਜੋਰਾਂ ਵਾਲੇ ਜੋਰ ਪਰਖਦੇ ਵਿੱਚ ਮੈਦਾਨੀ ਫੜਕੇ ਆ ਮੈਦਾਨ ਦੇ ਵਿੱਚ ਜੋਰ ਲੱਗਿਆ ਹੋਇਆ ਪੂਰਾ ਜਾਨ ਪੂਰੀ ਲੱਗੀ ਹੋਈ ਹੈ ਕਹਿੰਦੇ ਮਾਤਰਾ ਸਮਝਦੀਆਂ ਹੋਣੀਆਂ ਕਿ ਇੱਕ ਵਿੱਚ ਜੋਰ ਬੜਾ ਸਾਂਭ ਸਾਂਭ ਰੱਖਿਆ ਮਾਰਿਆ ਕਮਾਂ ਦੇ ਵੱਲ ਕਦੇ ਨਹੀਂ ਉਹ ਤੱਕਿਆ ਕਿ ਮਿਹਨਤਾਂ ਦਾ ਯਾਰੋ ਰਹਿੰਦਾ ਚੜਿਆ ਸਰੂਰ ਹੈ ਕਿ ਤਾਂਹੀਓ ਅੱਜ ਚਾਰੇ ਪਾਸੇ ਮੱਲ ਮਸ਼ਹੂਰ ਹੈ ਛੇੜੇ ਗਹਿਲ ਮਜਾਰੀ ਸਾਰੇ ਕੱਢ ਦਿੰਦਾ ਵਹਿਮ ਹੈ ਕਿ ਵੇਖਦੇ ਆ ਰੱਕਣਾ ਢਾਹਾਂ ਦੇ ਵਿੱਚ ਅੱਜ ਕਿਹੜਾ ਮੱਲ ਕਾਇਮ ਹੈ ਅੱਜ ਕਿਹੜਾ ਮੱਲ ਕਾਇਮ ਹੈ ਇਹ ਸਮੇਂ ਦੀ ਗੱਲ ਹੋਣੀ ਹੈ ਬਈ ਕਿਹੜਾ ਮੱਲ ਕਾਇਮ ਹੈ ਇਹ ਤਾਂ ਸਮੇਂ ਦੀ ਗੱਲ ਹੋਣੀ ਹੈ ਸਮਾਂ ਬੀਤਦਾ ਜਾਂਦਾ ਕਹਿੰਦੇ ਟਿਕ ਟਿਕ ਕਰਕੇ ਆ ਕਹਿੰਦੇ ਸੂਈ ਨਹੀਂ ਖੜਦੀ ਸਮਾਂ ਜਿਹੜਾ ਬੀਤਦਾ ਜਾਂਦਾ ਹੈ ਸਮਾਂ ਬੀਤਦਾ ਜਾਂਦਾ ਹੈ ਉਧਰ ਬਹੁਤ ਬਹੁਤ ਧੰਨਵਾਦ ਸਰਦਾਰ ਮੋਹਨ ਸਿੰਘ ਜੀ ਮੈਚ ਪਰ ਅਲੱਦੜੀ ਵੱਡੇ ਮਾਣ ਇਹਨਾਂ ਬੋਲਾਂ ਦੇ ਪੌਦੇ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਹਿੰਦਾ ਚੱਕੀ ਦੇ ਪੁੜਾਂ ਵਾਂਗੂ ਚੌੜੀਆਂ ਨੇ ਛਾਤੀਆਂ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥਾਪੀਆਂ ਕਿ ਨਾਮ ਰੱਬ ਦਾ ਧਿਆ ਕੇ ਸਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਅਖਾੜੇ ਨੱਚ ਟੱਪ ਛਾਲਾ ਮਾਰਦੇ ਸ਼ੇਰੇ ਗਹਿਲ ਮਜਾਰੀ ਸਿੰਘ ਫਸੇ ਕਿ ਜੁੱਧ ਹੁਣੇ ਆਰ ਪਾਰ ਦੇ ਕਿ ਜੁੱਧ ਹੁਣੇ ਆਰ ਪਾਰ ਦੇ ਵੱਡੀਆਂ ਅਮੀਦਾਂ ਕਹਿੰਦੇ ਅੱਜ ਦੀ ਇਹ ਕੁਸ਼ਤੀ ਚੱਲਦੀ ਹੋਈ ਮੈਦਾਨ ਦੇ ਵਿੱਚ ਤੇ ਨਾਲ ਹੀ 16 ਤਰੀਕ ਖਿਦਰਾਬਾਦ ਫਿਰ ਤੋਂ ਇਹ ਕੁਸ਼ਤੀ ਹੋਏਗੀ 20 ਤਰੀਕ ਨੂੰ ਅਲਟੋ ਗੱਡੀ ਦੇ ਕੁਸ਼ਤੀ ਹੋਣੀ ਹੈ ਤੇ ਬਰਾਬਰ ਦੀ ਕੁਸ਼ਤੀ ਸਾਬਾ ਪਹਿਲਵਾਨ ਕੁਆਲੀ ਕਮਲਜੀਤ ਡੂਮ ਛੜੀ ਵੀ ਹੋਏਗੀ ਇਹ ਨੋਟ ਕਰਿਓ ਇੱਕ ਲਾਈਟ ਨਹੀਂ ਬਣੀ ਹੈਗੀ ਇੱਧਰ ਉੱਪਰ ਵਾਲੀ ਧਿਆਨ ਦਿਓ ਖੱਬੇ ਹੱਥ ਦੀ ਸੱਜੇ ਹੱਥ ਦੀ ਉੱਪਰਲੀ ਲਾਈਟ ਨਹੀਂ ਬਣੀ ਤੇ ਲਾਈਟਾਂ ਜਿਹੜੀਆਂ ਫਿਰ ਉੱਚੇ ਚੱਕ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਸਾਊਂਡ ਬਲਾਚਾਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਯੂਕੇ ਸਟੂਡੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਉਧਰ ਚੱਲਦੀ ਹੋਈ ਕੁਸ਼ਤੀ ਕਹਿੰਦੇ ਭਾਵੇਂ ਸੀ
ਜੀ ਦੀ ਪਹਿਲੀ ਕੁਸ਼ਤੀ ਹੈ ਤੇ ਤਿੰਨ ਕੁਸ਼ਤੀਆਂ ਵੱਜੀਆਂ ਗਈਆਂ ਪਰ ਪਤਾ ਨਹੀਂ ਲੱਗਣਾ ਵੀ ਕਿਹੜੀ ਕੁਸ਼ਤੀ ਹਾਰ ਪਰ ਹੁੰਦੀ ਹੈ ਇਹ ਸਮੇਂ ਦੀ ਗੱਲ ਹੋਣੀ ਹੈ ਇਹ ਸਮੇਂ ਦੀ ਗੱਲ ਹੋਣੀ ਹੈ ਲੈ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਹੈ ਇਹਨਾਂ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਮਿਹਨਤਾਂ ਨਾਲ ਰੱਖਦੇ ਨੇ ਜਿਹੜੇ ਦਿਲ ਚਾਰੀਆਂ ਕਿ ਦੂਰੋਂ ਦਿਸ ਪੈਂਦੀਆਂ ਨੇ ਬੋਡੀਆਂ ਸ਼ਿੰਗਾਰੀਆਂ ਕੱਲੇ ਕੱਲੇ ਮਸਲੇ ਗਵਾਹੀ ਅਸੀਂ ਭਰਦੇ ਮਿਹਨਤਾਂ ਨਾਲ ਗੱਭਰੂ ਜੀ ਤੋੜ ਕਰਦੇ ਸ਼ੇਰੇ ਗਹਿਣ ਮਜਾਰੀ ਪੈਂਦੇ ਮਿਹਨਤਾਂ ਨੂੰ ਬੂਰ ਕਿ ਮਿਹਨਤਾਂ ਨਾਲ ਹੁੰਦੇ ਯਾਰ ਬੰਦੇ ਮਸ਼ਹੂਰ ਹੈ ਮਿਹਨਤਾਂ ਦੇ ਨਾਲ ਹੁੰਦੇ ਬੰਦੇ ਮਸ਼ਹੂਰ ਹੈ ਬਾਕੀ ਮਸ਼ਹੂਰ ਹੋ ਜਾਂਦੇ ਹੈ ਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਸਮੇਂ ਦੀ ਬਾਤ ਹੋਣੀ ਹੈ ਕਿ ਸੂਰਜ ਵੀ ਅੱਗ ਬਰਸਾਵੇ ਧੁੱਪਾਂ ਦੇ ਉੱਤੇ ਹਰਦੀਆਂ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀ ਆ ਉਹ ਬਾਗ ਵਿੱਚ ਛੱਡਿਆ ਯਾਰ ਨਹੀਂ ਕਰਦੀਆਂ ਨਾ ਸੁੱਖੀ ਕੱਕੜਾਏ ਦੇਖ ਲੈ ਸੁੱਖੀ ਕੱਕੜਾਏ ਦੇਖ ਲੈ ਮੁੱਲ ਮਿਹਨਤਾਂ ਲਈਆਂ ਦਾ ਲਈਆਂ ਮਿਹਨਤਾਂ ਦਾ ਮੁੱਲ ਮੈਦਾਨ ਵਿੱਚ ਮੁੜਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਪਾਲ ਸਾਡਾ ਭਰਾ ਲਾਈਵ ਜੁੜਿਆ ਹੋਇਆ ਵੇਖਣ ਯੋਗ ਹੈ ਵੇਖਣ ਯੋਗ ਹੈ ਕੁਸ਼ਤੀ ਵੀ ਰਮਾਲ ਜਾ ਇੱਧਰ ਪੂਜਾ ਕਰਦੇ ਜਲਦੀ ਨਾਲ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦੇ ਮੈਂ ਪੂਜਾ ਕਰਦੇ ਹੋ ਰਮਾਲ ਦੋਨਾਂ ਮੱਲਾਂ ਲਈ ਕਿਉਂਕਿ ਮੁੜਕਾ ਜਿਹੜਾ ਬੜਾ ਆ ਗਿਆ ਤੇ ਵਾਕਿਆ ਇਹ ਨਾ ਸਮਝੋ ਵੀ ਕੁਸ਼ਤੀ ਚ ਫੜਫੜਾਈ ਨਹੀਂ ਹੋਈ ਉਹ ਤਾਂ ਪੂਰਾ ਲੱਗਿਆ ਹੋਇਆ ਹੈ ਜਾਨ ਤਾਂ ਪੂਰੀ ਲੱਗੀ ਹੋਈ ਹੈ ਕਿਉਂਕਿ ਦੋਨੋਂ ਮੱਲ ਵੱਡੇ ਹੈ ਜੋ ਤਾਂ ਲੱਗਿਆ ਜਾਨ ਤਾਂ ਲੱਗੀ ਹੈ ਸਰੀਰ ਦੱਸਦੇ ਹੈ ਕਹਿੰਦੇ ਵੀ ਜਾਨ ਤਾਂ ਜਿਹੜੀ ਲੱਗੀ ਹੈ ਹਾਂਜੀ ਲਾਈਟਾਂ ਬੰਦ ਕਰਾ ਦੀ ਓਂਕਾਰ ਓਂਕਾਰ ਬਈ ਕਿਸੇ ਆਲੇ ਵਾਲਿਆਂ ਦਾ ਸਾਈਕਲ ਚੋਰੀ ਹੋਇਆ ਹੈ ਉਹ ਦੱਸ ਦਿਓ ਮੈਦਾਨ ਵਿੱਚ ਵੇਖਦੇ ਵੀ ਰਿਜ਼ਲਟ ਆਓ ਬੇਨਤੀ ਹੈ ਮੈਦਾਨ ਦੇ ਵਿੱਚੋਂ ਕਰ ਭਾਜੀ ਓਂਕਾਰ ਭਾਜੀ ਓਂਕਾਰ ਓਂਕਾਰ ਰੂਬਲ ਨਾਲ ਸੰਪਰਕ ਬਈ ਬੇਨਤੀ ਹੈ ਕਮੇਟੀ ਜਲਦੀ ਜਿਹੜਾ ਡਿਸੀਜ਼ਨ ਲਵੇ
ਕਿਉਂਕਿ ਪਹਿਲਵਾਨ ਵੀ ਠੰਡੇ ਹੋ ਰਹੇ ਆ, ਇਸ ਗੱਲ ਦਾ ਜ਼ਰੂਰ ਧਿਆਨ ਦਿਓ। ਰੁਬਲ ਇੱਕ ਮਿੰਟ ਆ ਪਹਿਲਵਾਨਾ, 5 ਮਿੰਟ ਦਾ ਸਮਾਂ। ਬਈ ਆਓ ਪਹਿਲਵਾਨ, ਜੱਸਾ ਤੇ ਦੂਜੇ ਪਾਸੇ ਅਰੂਪਾ
ਸਮੇਂ ਦੀ ਹੋਣੀ ਹੈ, ਬਾਤ ਸਮੇਂ ਦੀ ਹੋਣੀ ਹੈ ਕਿ ਕਿਹੜਾ ਜਿੱਤਦਾ ਕਿਹੜਾ ਹਰਦਾ, ਬਾਤ ਸਮੇਂ ਦੀ ਹੋਣੀ ਹੈ। ਚੱਲਦੀ ਹੋਈ ਕੁਸ਼ਤੀ ਸਮਾਂ ਨੇੜੇ ਲੱਗਿਆ ਹੋਇਆ। ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਭਰਮੀਆਂ ਹਾਜ਼ਰੀਆਂ ਲਵਾਈਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਚੱਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਹੈ। ਅਗਲੇ ਸਾਲ ਲਈ ਸਵਰਗ ਅਜੀਤ ਸਿੰਘ ਜੀ ਰੱਕੜ ਇਹਨਾਂ ਦੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜਾ ਦੋ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਹੈ, ਬਹੁਤ ਬਹੁਤ ਧੰਨਵਾਦ ਹੈ। ਵਾਹ ਵੀ ਵਾਹ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਚੱਲਦੀ ਫਿਰ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵਾਕਿਆ ਸਮੇਂ ਦੀਆਂ ਬਾਤਾਂ, ਕਿਹੜਾ ਜਿੱਤਦਾ ਕਿਹੜਾ ਹਾਰਦਾ, ਕਿਉਂਕਿ ਕੁਸ਼ਤੀ ਮੈਦਾਨ ਵਿੱਚ ਜਿਹੜੀ ਹੋ ਰਹੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੋਹਨ ਸਿੰਘ ਜੀ, ਮੈਂ ਤਾਂ ਅਰਦਣੀ ਵਾਲਿਆਂ ਨੂੰ ਬੇਨਤੀ ਵੀ ਜ਼ਰੂਰ ਬਾਚੋ ਸੰਪਰਕ ਬਣਾਉਣ, ਮਿਲ ਕੇ ਜਾਣ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ, ਸਾਬੀ ਮਾਲ ਪਰੀਆ। ਫੇਸਬੁੱਕ ਤੇ ਇੱਕੋ ਪੇ ਚੱਲਦਾ ਜਿਹੜਾ ਕੁਸ਼ਤੀ ਦੀ ਗੱਲ ਕਰਦਾ, ਜਿਗਰੇ ਪੰਜਾਬੀਆਂ ਦੇ ਬਿਨਾਂ ਕਿਸੇ ਲਾਲਚ ਤੋਂ ਜਿਹੜਾ ਕੰਮ ਕਰਦਾ ਹੈ, ਉਹ ਵੀ ਬੜਾ ਉਚੇਚੇ ਤੌਰ ਤੇ ਪੁੱਜਿਆ ਹੋਇਆ। ਪ੍ਰੀਤ ਸੰਘਾ ਪੇਜ ਦਾ ਐਡਮਿਨ, ਵੱਖ ਵੱਖ ਸਾਰੇ ਜਿਹੜੇ ਵੀਰ ਪੇਜ ਨੂੰ ਚਲਾਉਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਸਮਾਂ ਦੱਸੇਗਾ ਹਾਰ ਜਿੱਤ, ਕਿਉਂਕਿ ਥੋੜਾ ਸਮਾਂ ਜਿਹੜਾ ਬਾਕੀ ਹੈ, ਜਿਹੜਾ ਥੋੜਾ ਸਮਾਂ ਚੱਲਦੀ ਹੋਈ ਕੁਸ਼ਤੀ ਦਾ ਬਾਕੀ ਹੈ। ਇੱਕ ਵਾਰ ਫਿਰ ਤੋਂ ਜਿੰਨੀ ਵੀ ਸੰਗਤ ਪੁੱਜੀ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਜਿਹਨੇ ਵੀ ਦਰਸ਼ਕ ਪੁੱਜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪਦੇ ਇਸ ਦੰਗਲ ਦੇ ਵਿੱਚ ਜਿਹਨਾਂ ਨੇ ਭਾਰਮੀਆਂ ਹਾਜ਼ਰੀਆਂ ਲਵਾਈਆਂ, ਦੰਗਲ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦਾ ਇਹ ਦੰਗਲ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅੱਜ ਦਾ ਜਿਹੜਾ ਦੰਗਲ ਹੈ, ਲਓ ਸਮਾਂ ਜਿਹੜਾ ਸਮਾਪਤ ਹੈ, ਸਾਡੇ ਵੀ ਦੋਨੋਂ ਪਹਿਲਵਾਨ ਤੇ ਕੁਸ਼ਤੀ ਜਿਹੜੀ ਬਰਾਬਰ ਹੈ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ